ਜਨਸੰਘ ਦੇ ਬਾਨੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ 60ਵੇਂ ਸ਼ਹੀਦੀ ਦਿਵਸ ਦੇ ਮੌਕੇ ਤੇ 23 ਜੂਨ ਨੂੰ ਮਾਧਵਪੁਰ ਚ ਕੀਤੀ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਜਪਾ ਦੀ ਕੌਮੀ ਚੋਣ ਕਮੇਟੀ ਦੇ ਚੇਅਰਮੈਨ ਨਰਿੰਦਰ ਮੋਦੀ ਪਹਿਲੀ ਵਾਰ ਪੰਜਾਬ ਯਾਤਰਾ ਤੇ ਆ ਰਹੇ ਹਨ। ਇਸ ਰੈਲੀ ਨੂੰ ਸਫਲ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਸਬੰਧ ਵਿਚ ਭਾਜਪਾ ਦੇ ਦੁਆਬਾ ਹਲਕੇ ਦੀ ਇਕ ਮੀਟਿੰਗ ਸਰਕਟ ਹਾਊਸ ਵਿਚ ਹੋਈ, ਜਿਸ ਦੀ ਪ੍ਰਧਾਨਗੀ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਕੀਤੀ। ਮੀਟਿੰਗ ਚ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਡਾਕਟਰ ਦਿਲਬਾਗ ਰਾਏ ਵੀ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਇਸ ਮੀਟਿੰਗ ਵਿਚ ਸ਼ਹੀਦੀ ਰੈਲੀ ਨੂੰ ਸਫਲ ਬਣਾਉਣ ਲਈ ਦੁਆਬਾ ਜ਼ੋਨ ਤੋਂ 50,000 ਵਰਕਰ 960 ਬੱਸਾਂ ਰਾਹੀਂ ਪਠਾਨਕੋਟ ਹੁੰਦੇ ਹੋਏ ਮਾਧੋਪੁਰ ਪੁੱਜਣਗੇ। ਮਾਇਓਰਟੀ ਵਾਲਾ ਐਂਗਲ ਵੀ ਹੈ। ਸੋ ਪੰਜਾਬ ਦੇ ਵਿੱਚੋਂ ਸ਼ੁਰੂਆਤ ਹੋਏ, ਇਹ ਕਿਤੇ ਨਾ ਕਿਤੇ ਨੂੰ ਜ਼ਰੂਰਤ ਬਣਦੀ। ਤੇ ਮੈਂ ਉਹਨੂੰ ਕਿਹਾ ਜੀ ਤੁਸੀਂ ਫਿਰ ਚਿੰਤਾ ਨਾ ਕਰੋ, ਅਸੀਂ ਕਰਾਂਗੇ। ਪ੍ਰੈਸ ਮੀਟ ਹੋ ਰਹੀ ਹੈ, ਉਹਦੇ ਬਾਰੇ ਕੀ ਕਹਿਣਾ? ਮੀਟਿੰਗ ਹੋਈ ਹੈ ਐਸਾ ਜੀ ਕਿ ਜਿਸਾ ਸਾਰਿਆਂ ਨੂੰ ਪਤਾ ਹੀ ਹੈ, 23 ਜੂਨ ਨੂੰ ਜਿਹੜਾ ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਸਾਡੇ ਸੰਸਥਾਪਕ ਪ੍ਰਧਾਨ ਸੀਗੇ ਜਨਸੰਘ ਦੇ, ਉਹਨਾਂ ਦਾ 60ਵਾਂ ਬਲੀਦਾਨ ਦਿਵਸ, ਉਹ 23 ਜੂਨ 1953 ਉਹਨਾਂ ਨੇ ਅੰਦੋਲਨ ਕੀਤਾ ਸੀ ਔਰ ਸ੍ਰੀਨਗਰ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਦੀ ਲਾਸ਼ ਮਿਲੀ ਸੀ ਔਰ ਉਹ ਪਰਮਿਟ ਜਿਹੜਾ ਸਿਸਟਮ ਸੀ, ਪਰਮਿਟ ਲੈ ਕੇ ਪੰਜਾਬ ਤੋਂ ਤੁਸੀਂ ਕਸ਼ਮੀਰ ਦੇ ਵਿੱਚ ਦਾਖਲ ਹੋ ਸਕਦੇ ਸੀ, ਉਹਦਾ ਵਿਰੋਧ ਕਰਕੇ ਉਹ ਗਏ ਸੀ, ਉਹਦੇ ਕਰਕੇ ਉਹ ਪਰਮਿਟ ਸਿਸਟਮ ਖਤਮ ਹੋਇਆ। ਉਹਨਾਂ ਦਾ ਸਮਾਰਕ ਇੱਕ ਉਸ ਪੁਲ ਦੇ ਕੋਲ ਮਾਧੋਪੁਰ 'ਚ ਬਣਾਇਆ ਗਿਆ ਜਿਸ ਪੁਲ ਤੋਂ ਕਸ਼ਮੀਰ 'ਚ ਦਾਖਲ ਹੋਏ ਸੀ, ਏਕਤਾ ਸਥਲ ਉਹਦਾ ਨਾਮ ਹੈ। ਉੱਥੇ ਉਹਨਾਂ ਦੇ 60ਵੇਂ ਬਲੀਦਾਨ ਦਿਵਸ ਦੇ ਮੌਕੇ ਦੇ ਉੱਤੇ ਨਰਿੰਦਰ ਭਾਈ ਮੋਦੀ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਨੇ ਔਰ ਜਿਨ੍ਹਾਂ ਨੂੰ ਗੋਆ ਬੈਠਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੀ ਇਲੈਕਸ਼ਨ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ, ਉਹ ਉਹਨਾਂ ਨੂੰ ਉਸਦੇ ਸ਼ਰਧਾਂਜਲੀ ਦੇਣ ਵਾਸਤੇ ਆ ਰਹੇ। ਉਸ ਮੌਕੇ 'ਤੇ ਪਾਰਟੀ ਦੇ ਸਾਰੇ ਜਿਹੜੇ ਵਰਕਰਸ ਨੇ ਉਹ ਇਕੱਠੇ ਹੋਣਗੇ ਪੂਰੇ ਪੰਜਾਬ ਤੋਂ ਔਰ ਮੋਦੀ ਸਾਹਿਬ ਤੋਂ ਇਲਾਵਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸਾਡੇ ਪੰਜਾਬ ਦੇ ਇੰਚਾਰਜ ਮਾਨਯੋਗ ਸ਼ਾਂਤਾ ਕੁਮਾਰ ਜੀ ਔਰ ਪਾਰਟੀ ਦੀ ਹੋਰ ਵੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਉੱਥੇ ਬਾਦਲ ਸਾਹਿਬ ਉਹਦੇ 'ਚ ਸ਼ਾਮਿਲ ਹੋ ਰਹੇ ਹੈ ਕਿਉਂਕਿ ਪੰਚਾਇਤਾਂ ਦੇ ਇਲੈਕਸ਼ਨ ਚੱਲ ਰਹੇ ਹੈ। ਇਸ ਕਰਕੇ ਅਸੀਂ ਜੁਆਇੰਟ ਮੀਟਿੰਗ ਨਹੀਂ ਕੀਤੀ, ਜੁਆਇੰਟ ਰੈਲੀ ਨਹੀਂ ਕੀਤੀ, ਲੇਕਿਨ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਸਨ ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਜਨਸੰਘ ਦੇ, ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਉਹ ਪੂਰੇ ਪ੍ਰਦੇਸ਼ ਤੋਂ ਉਹਨਾਂ ਨੂੰ ਜਾਣਗੇ ਔਰ ਉਸੇ ਸਿਲਸਿਲੇ ਦੇ ਵਿੱਚ ਪਾਰਟੀ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਚੱਲ ਰਹੀਆਂ। ਕੱਲ੍ਹ ਅੰਮ੍ਰਿਤਸਰ ਦੇ ਵਿੱਚ ਮਾਝਾ ਜ਼ੋਨ ਦੀ ਮੀਟਿੰਗ ਹੋਈ ਸੀ, ਅੱਜ ਇੱਥੇ ਜਲੰਧਰ 'ਚ ਦੁਆਬਾ ਜ਼ੋਨ ਦੀ ਮੀਟਿੰਗ ਹੈ ਔਰ ਅੱਜ ਸ਼ਾਮ ਨੂੰ ਬਠਿੰਡੇ ਦੇ ਵਿੱਚ ਮਾਲਵਾ ਜ਼ੋਨ ਦੀ ਮੀਟਿੰਗ ਹੈ। ਮੈਂ ਸਾਰੀਆਂ ਮੀਟਿੰਗਾਂ 'ਚ ਜਾ ਰਿਹਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਉਤਸ਼ਾਹ ਇਸ ਕਾਰਜਕ੍ਰਮ ਵਾਸਤੇ ਮੈਂ ਦੇਖਿਆ ਉਹਨਾਂ ਪਹਿਲੇ ਕਦੀ ਦੇਖਣ 'ਚ ਨਹੀਂ ਆਇਆ। ਇਹਨੇ ਸ਼ਾਰਟ ਨੋਟਿਸ 16 ਤਰੀਕ ਸਵੇਰੇ ਹੈ ਫੈਸਲਾ ਹੋਇਆ ਕਿ ਪ੍ਰੋਗਰਾਮ ਕਰਨਾ ਹੈ ਔਰ ਇੱਕ ਹਫ਼ਤੇ ਦੇ ਵਿੱਚ ਹੀ ਇਸ ਰੈਲੀ ਦੀਆਂ ਤਿਆਰੀਆਂ ਹੋਣਗੀਆਂ, ਲੇਕਿਨ ਬਹੁਤ ਉਤਸ਼ਾਹ ਮੈਨੂੰ ਲੱਗਦਾ ਕਿ ਬੜੀ ਹਿਸਟੋਰਿਕ ਰੈਲੀ ਹੋਣੀ ਹੈ। ਠੀਕ ਹੈ, ਸਾਡਾ
ਤਾਕਤ ਨੂੰ ਮਰ ਕੇ ਦੇਖ ਤੋਂ ਖੁਦ ਸੀ ਔਰ ਜਿਵੇਂ ਦੋ ਤਿੰਨ ਦਿਨ ਤੋਂ ਬੜੀਆਂ ਕਮੈਂਟਰੀ ਆ ਰਹੀਆਂ ਬੜੀ ਰਾਤ ਨੂੰ ਟੀਵੀ ਤੋਂ ਸਾਫ ਦੇਖੋ ਬੜੀ ਇੱਕੋ ਇੱਕ ਸਾਫ ਕਰਦੀ ਉਹਦੇ ਜਿਵੇਂ ਬੜੀ ਅੱਛਾ ਸਕਦੀ ਇਸ ਕਰਕੇ ਨਰਿੰਦਰ ਮੋਦੀ ਨੇ ਮੈਂ ਇਸਦਾ ਮੌਕੇ ਨਾ ਬਣਾਉਣਾ ਪਹਿਲਾਂ ਮੈਂ ਇੱਕ ਉਹਦੀ ਇੰਪੋਰਟੈਂਸ ਦਿੱਤੀ ਆ ਔਰ ਸਾਡੇ ਵਾਸਤੇ ਕਿੱਡਾ ਬੜਾ ਇੰਪੋਰਟੈਂਟ ਮੁੱਦਾ ਹੈ ਨਰਿੰਦਰ ਮੋਦੀ ਜੀ 23 ਜੁਲਾਈ ਨੂੰ ਮਾਧੋਪੁਰ ਪਠਾਨਕੋਟ ਆ ਗਏ ਔਰ ਜਦੋਂ ਦੇ ਨੈਸ਼ਨਲ ਐਗਜ਼ੀਕਿਊਟਿਵ ਦੇ ਵਿੱਚ ਉਹ ਕੰਪੇਨ ਕਮੇਟੀ ਦੇ ਚੇਅਰਮੈਨ ਬਣੇ ਆ ਉਸ ਤੋਂ ਬਾਅਦ ਤੋਂ ਇਹ ਪਹਿਲੀ ਉਹਨਾਂ ਦੀ ਇੱਕ ਜਨਸਭਾ ਹੋਵੇਗੀ ਔਰ ਪੰਜਾਬ ਦੇ ਵਿੱਚ ਹੀ ਇਹ ਪਹਿਲੀ ਜਨਸਭਾ ਹੋਵੇਗੀ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਭ ਨੂੰ ਉਹਨਾਂ ਨੇ ਦੇਸ਼ ਦੀ ਏਕਤਾ ਅਖੰਡਤਾ ਲਈ ਆਪਣੀ ਜਾਨ ਦਿੱਤੀ ਕਸ਼ਮੀਰ ਜੰਮੂ ਕਸ਼ਮੀਰ ਨੂੰ ਜਾਣ ਵਾਸਤੇ ਪਹਿਲੇ ਪਰਮਿਟ ਦੀ ਲੋੜ ਹੁੰਦੀ ਸੀ ਅਤੇ ਉਹਨਾਂ ਨੇ ਨਾਰਾ ਦਿੱਤਾ ਸੀ ਵੀ ਇਸ ਦੇਸ਼ ਦੇ ਵਿੱਚ ਦੋ ਵਿਧਾਨ ਦੋ ਪ੍ਰਧਾਨ ਦੋ ਨਿਸ਼ਾਨ ਨਹੀਂ ਚੱਲਣਗੇ ਔਰ ਪਰਮਿਟ ਸਿਸਟਮ ਨੂੰ ਬ੍ਰੇਕ ਕਰਕੇ ਉਹਨਾਂ ਨੇ ਮਾਧੋਪੁਰ ਬਾਰਡਰ ਤੋਂ ਜੰਮੂ ਕਸ਼ਮੀਰ ਤੋਂ ਚੈੱਕ ਕੀਤਾ ਉਹਨਾਂ ਨੂੰ ਪਕੜ ਲਿਆ ਗਿਆ ਅਤੇ ਉਹ ਬਾਅਦ ਉਹਨਾਂ ਦੀ ਸ਼ਹੀਦੀ ਹੋ ਗਈ ਸੋ ਮੋਦੀ ਜੀ ਦੇ ਆਉਣ ਬਾਰੇ ਹੀ ਬੜੇ ਸ਼ੋਰਟ ਟਾਈਮ 'ਚ ਪ੍ਰੋਗਰਾਮ ਬਣਿਆ ਪੂਰੇ ਪੰਜਾਬ 'ਚ ਸਾਡੇ ਪ੍ਰਦੇਸ਼ ਅਧਿਕਾਰੀ ਜੀ ਸ਼੍ਰੀ ਕਮਲ ਸ਼ਰਮਾ ਜੀ ਕੈਪਟਨਾਂ ਦਾ ਸਿਲਸਿਲਾ ਉਹਨਾਂ ਨੇ ਸ਼ੁਰੂ ਕੀਤਾ ਕੱਲ੍ਹ ਵੀ ਸ਼ਾਂਤਾ ਕੁਮਾਰ ਜੀ ਨੇ ਔਰ ਬਾਕੀ ਸੀਨੀਅਰ ਲੀਡਰਸ਼ਿਪ ਨੇ ਮਾਧੋਪੁਰ ਜਾ ਕੇ ਜਗ੍ਹਾ ਨਿਰੀਕਸ਼ਣ ਕੀਤਾ ਜਿੱਥੇ ਡਾਕਟਰ ਸ਼ਰਮਾ ਪ੍ਰਸ਼ਾਦ ਮੁਖਰਜੀ ਦਾ ਬਹੁਤ ਵੱਡਾ ਮੁੱਖ ਲੱਗਿਆ ਔਰ ਜਿੱਥੇ ਇਹ ਬਹੁਤ ਵੱਡੀ ਇੱਕ ਰੈਲੀ ਹੋਣੀ ਹੈ ਔਰ ਹੁਣ ਜ਼ੋਨ ਵਾਈਜ਼ ਮੀਟਿੰਗਾਂ ਹੋ ਰਹੀਆਂ ਅੱਜ ਮਾਬਾ ਜ਼ੋਨ ਦੀ ਮੀਟਿੰਗ ਸੀ 11 ਜ਼ਿਲ੍ਹੇ ਕੇਸਰੇ ਮਾਬਾ ਜ਼ੋਨ ਦੀ ਮੀਟਿੰਗ ਪ੍ਰਧਾਨ ਜੀ ਲੈ ਰਹੇ ਸੋ ਇਸ ਤਰੀਕੇ ਨਾਲ ਇੱਕ ਬਹੁਤ ਵੱਡੀ ਮੋਬਲਾਈਜੇਸ਼ਨ ਜਿਹਦੇ ਵਿੱਚ ਕਰੀਬ 50,000 ਦੇ ਕਰੀਬ ਲੋਕ ਮਾਧੋਪੁਰ ਪਹੁੰਚਣਗੇ ਕਈ ਤਰੀਕ ਨੂੰ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿਉਂਕਿ ਅੱਜ ਦੇਸ਼ ਦੀ ਜਨਤਾ ਮਹਿਸੂਸ ਕਰਦੀ ਹੈ ਕਿ ਮੋਦੀ ਜੀ ਦਾ ਸਾਨੂੰ ਨੇਤਰਤਵ ਮਿਲੇ ਔਰ ਜਿਸ ਤਰ੍ਹਾਂ ਗੁਜਰਾਤ ਦਾ ਉਹਨਾਂ ਨੇ ਕਾਰਜਕ੍ਰਮ ਕੀਤਾ ਉਸ ਤਰ੍ਹਾਂ ਪੂਰੇ ਦੇਸ਼ ਦਾ ਕਾਰਜਕ੍ਰਮ ਹੋ ਰਿਹਾ ਇਸ ਦੇਸ਼ 'ਚੋਂ ਗਰੀਬੀ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਬਹੁਤ ਸਾਰਾ ਖਾਤਮਾ ਹੋਵੇ ਔਰ ਇਸ ਬਾਰੇ ਆਸਾਂ ਵੀ ਸਭ ਨੂੰ ਮੋਦੀ ਜੀ ਬਣਾਈਆਂ ਕਿ ਉਹ ਇਹ ਸਭ ਕੁਛ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਕਰਕੇ ਦਿਖਾਇਆ ਔਰ ਅੱਜ ਤੱਕ ਬੜੀ ਵਧੀਆ ਸਰਕਾਰਾਂ ਆਈਆਂ ਬਹੁਤ ਗਈਆਂ ਬੜੇ ਬੜੇ ਨਾਰੇ ਵੀ ਲੱਗੇ ਵਾਅਦੇ ਵੀ ਹੋਏ ਦਾਅਵੇ ਵੀ ਕੀਤੇ ਹੋਏ ਪਰ ਨੈੱਟ ਰਿਜ਼ਲਟ ਨਿਕਲ ਨਹੀਂ ਸਕੇ ਪਰ ਗੁਜਰਾਤ 'ਚ ਮੋਦੀ ਜੀ ਨੂੰ ਮੌਕਾ ਮਿਲਿਆ ਸਰਕਾਰ ਚਲਾਉਣ ਦਾ ਉਹਨਾਂ ਨੇ ਉਹ ਚੀਜ਼ਾਂ ਸਾਰੀਆਂ ਕਰਕੇ ਦਿਖਾਈਆਂ ਜਿਹਦੀ ਆਮ ਲੋਕਾਂ ਨੂੰ ਅਪੇਕਸ਼ਾ ਇੱਛਾ ਹੈ ਇਸ ਕਰਕੇ ਵੀ ਅਮਰੀਕਾ ਵਿੱਚ ਬਹੁਤ ਉਤਸ਼ਾਹ ਹੈ ਉਸ ਦਿਨ ਮਾਨਯ ਪ੍ਰਕਾਸ਼ ਸਿੰਘ ਬਾਬੂ ਜੀ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਆ ਉਹ ਵੀ ਇਸ ਜਨਸਭਾ ਦੇ ਵਿੱਚ ਪਹੁੰਚਣਗੇ ਔਰ ਮੌਕਾ ਹੈ ਇਹ ਡਾਕਟਰ ਸ਼ਰਮਾ ਪ੍ਰਸ਼ਾਦ ਮੁਖਰਜੀ ਦੀ 60ਵੀਂ ਪੁੰਨਿਆ ਤਿਥੀ ਦਾ ਸ਼ਹੀਦੀ ਦਿਵਸ ਦਾ 60ਵਾਂ ਸਾਲ 23 ਜੂਨ 10:30 ਵਜੇ ਭਾਰਤੀ ਜਨਤਾ ਪਾਰਟੀ ਦੀ ਚੁਣਾਵ ਦੀ ਕੰਪੇਨ ਕਮੇਟੀ ਦੇ ਅਧਿਅਕਸ਼ ਨਰਿੰਦਰ ਮੋਦੀ ਜੀ ਮੁੱਖ ਮੰਤਰੀ ਗੁਜਰਾਤ ਮਾਧੋਪੁਰ ਜਿਹੜਾ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਸਥਾਨ ਹੈ ਸਮਾਰਕ ਹੈ ਉੱਥੇ ਭਾਜਪਾ ਦੇ ਬਾਨੀ ਅਧਿਅਕਸ਼ ਸ਼ਾਮਾ ਪ੍ਰਸ਼ਾਦ ਮੁਖਰਜੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਉੱਥੇ ਆਉਣਗੇ ਕਿਉਂਕਿ ਉਹ 60ਵਾਂ ਉਹਨਾਂ ਦਾ ਬਲੀਦਾਨ ਦਿਵਸ ਹੈ ਔਰ ਪੰਜਾਬ ਦੇ ਲਗਭਗ 50,000 ਕਾਰਕਰਤਾ
ਉੱਥੇ ਸ਼ਾਮਾ ਪ੍ਰਸ਼ਾਦ ਮੁਖਰਜੀ ਜੀ ਦੇ ਬਲੀਦਾਨ ਦਿਵਸ 'ਤੇ ਪਹੁੰਚਣਗੇ ਔਰ ਆਪਣੇ ਮਹਿਬੂਬ ਨੇਤਾ, ਆਪਣੇ ਸਿੰਘ ਗਰਜਨਾ ਵਾਲੇ ਨੇਤਾ ਨਰਿੰਦਰ ਭਾਈ ਮੋਦੀ ਨੂੰ ਸੁਣਨਗੇ। ਔਰ ਪੰਜਾਬ ਦੇ ਅੱਜ 11 ਜ਼ਿਲ੍ਹਿਆਂ ਦੀ ਮੀਟਿੰਗ ਸੀ, ਜਿਹਦੇ ਵਿੱਚ ਸੀਨੀਅਰ ਲੀਡਰਸ਼ਿਪ ਪਾਰਟੀ ਦੀ ਭਗਤ ਚੁੰਨੀ ਲਾਲ ਜੀ, ਮਦਨ ਮੋਹਨ ਮਿੱਤਲ ਜੀ, ਮਨੋਰੰਜਨ ਕਾਲੀਆ ਜੀ, ਕੇ ਡੀ ਭੰਡਾਰੀ ਜੀ, ਕਮਲ ਸ਼ਰਮਾ ਜੀ ਦੀ ਅਧਿਅਕਸ਼ਤਾ 'ਚ ਮੀਟਿੰਗ ਹੋਈ, ਅਵਿਨਾਸ਼ ਰਾਏ ਖੰਨਾ ਔਰ ਬਾਕੀ ਵੀ ਸਭ ਲੀਡਰ ਔਰ ਸ਼ਾਮਿਲ ਹੋਏ। ਔਰ ਉਹ 'ਚ ਫੈਸਲਾ ਕੀਤਾ ਗਿਆ ਕਿ ਦੁਆਬਾ ਤੋਂ ਭਾਰਤੀ ਜਨਤਾ ਪਾਰਟੀ ਭਾਰੀ ਸੰਖਿਆ ਦੇ ਨਾਲ ਇਸ ਕਾਰਜਕ੍ਰਮ 'ਚ ਸ਼ਾਮਿਲ ਹੋਈ। ਬੈਠਕ ਦੇ ਵਿੱਚ ਦੁਆਬਾ ਦੇ 11 ਜ਼ਿਲ੍ਹੇ ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਮੁਕੇਰੀਆਂ, ਰੋਪੜ, ਮੋਹਾਲੀ ਔਰ ਨਵਾਂਸ਼ਹਿਰ, ਇਹਨਾਂ ਦੇ ਅਧਿਆਕਸ਼, ਵਿਧਾਇਕ ਸਭ ਲੋਕ ਆਏ ਸੀ। ਔਰ ਹਰ ਜ਼ਿਲ੍ਹੇ ਦੇ ਅੰਦਰ ਕਿਸ ਤਰ੍ਹਾਂ ਇਸ ਕਾਰਜਕ੍ਰਮ ਦੀ ਤਿਆਰੀ ਚੱਲ ਰਹੀ ਹੈ, ਕਿਸ ਤਰ੍ਹਾਂ ਅਸੀਂ ਇਸ ਕਾਰਜਕ੍ਰਮ ਨੂੰ ਸਫਲ ਕਰਨਾ ਹੈ, ਔਰ ਇਹਦੇ ਵਿੱਚ ਅਲੱਗ ਅਲੱਗ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਔਰ ਇਹ ਵੀ ਤੈਅ ਹੋਇਆ ਕਿ ਅਸੀਂ ਸਭ ਲੋਕਾਂ ਨੇ ਇਹ ਤੋਂ ਭਾਰੀ ਸੰਖਿਆ ਦੇ ਅੰਦਰ ਜਾਣਾ ਹੈ ਔਰ ਜਾਣ ਅਸੀਂ ਕਿਹੜੇ ਕਿਹੜੇ ਕਾਰਜਕਰਤਾ ਦੇ ਜਿੰਮੇ, ਕਿਹੜੇ ਕਿਹੜੇ ਪਿੰਡ 'ਚੋਂ ਕਿਹੜੀ ਕਿਹੜੀ ਬੱਸ ਜਾਣੀ ਹੈ, ਉਹ ਸਾਰੀ ਪਲੈਨਿੰਗ ਕੀਤੀ ਗਈ ਔਰ ਕਿਹੜੇ ਕਾਰਜਕਰਤਾ ਰਾਤ ਪਹੁੰਚਣਗੇ, ਕਿਹੜੇ ਕਾਰਜਕਰਤਾ ਸਵੇਰੇ ਪਹੁੰਚਣਗੇ, ਪੂਰੀ ਵੀ ਮਡਿਊਲ ਪੂਰੀ ਚਿੰਤਾ ਕੀਤੀ ਗਈ ਔਰ ਪ੍ਰਚਾਰ ਦੇ ਅੰਦਰ ਸਾਰੀ ਪਾਰਟੀ ਇਸ ਕਾਰਜਕ੍ਰਮ ਨੂੰ ਠੀਕ ਢੰਗ ਨਾਲ ਜਨਤਾ ਤੱਕ ਪਹੁੰਚੇ, ਵਰਕਰ ਤੱਕ ਪਹੁੰਚੇ, ਇਹਦੀ ਵੀ ਯੋਜਨਾ ਬਣਾਈ। 960 ਬੱਸਾਂ ਇਸ ਕਾਰਜਕ੍ਰਮ ਦੇ ਵਿੱਚ ਸਿਰਫ ਦੁਆਬਾ ਤੋਂ ਹੀ ਜਾਣਗੇ। ਅੱਜ ਦੀ ਜੋ ਜਲੰਧਰ ਸਰਕਲ ਹਾਊਸ ਵਿਖੇ ਬੈਠਕ ਹੋਈ ਹੈ, ਸ਼੍ਰੀ ਕਮਲ ਸ਼ਰਮਾ ਜੀ ਪੰਜਾਬ ਅਧਿਅਕਸ਼, ਉਹਨਾਂ ਦੀ ਰਹਿਨੁਮਾਈ 'ਚ ਇਹ ਮੀਟਿੰਗ ਹੋਈ ਹੈ, ਅਧਿਅਕਸ਼ਤਾ ਹੋਈ ਹੈ। ਸਾਰੇ 11 ਜ਼ਿਲ੍ਹਿਆਂ ਦੇ ਜਿਹੜੇ ਲੋਕ ਹਨ ਇੱਥੇ ਇਕੱਠੇ ਹੋਏ ਸਨ, ਲੀਡਰ ਸਾਹਿਬਾਨ ਇਕੱਠੇ ਹੋਏ ਹਨ ਔਰ ਪ੍ਰਧਾਨ ਅਤੇ ਜਨਰਲ ਸੈਕਟਰੀ ਸਾਹਿਬ ਅਤੇ ਬਾਕੀ ਮੋਰਚਿਆਂ ਦੇ ਪ੍ਰਧਾਨ ਸਾਰੇ ਇਸ ਵਿੱਚ ਆਏ ਔਰ ਬੜੇ ਉਤਸ਼ਾਹ ਹੈ ਸਾਰਿਆਂ ਦੇ ਵਿੱਚ ਕਿ ਸ਼੍ਰੀ ਨਰਿੰਦਰ ਮੋਦੀ ਜੀ ਜੋ ਗੁਜਰਾਤ ਦੇ CM ਹਨ, ਇਹਨਾਂ ਨੇ ਗੁਜਰਾਤ ਨੂੰ ਸਵਰਗ ਵਾਂਗ ਬਣਾ ਦਿੱਤਾ ਹੈ ਔਰ ਸਾਡੇ ਪਠਾਨਕੋਟ ਮਾਧੋਪੁਰ ਵਿਖੇ ਸ਼ਾਮਾ ਪ੍ਰਸ਼ਾਦ ਮੁਖਰਜੀ ਜੋ ਹੈ ਪਾਰਟੀ ਦੇ ਜਿਹੜੇ ਬਾਨੀ ਹਨ ਉਹਨਾਂ ਦਾ ਇੱਥੇ ਬਲੀਦਾਨ ਦਿਵਸ ਹੈ 60ਵਾਂ, ਉੱਥੇ ਆ ਰਹੇ ਹਨ ਸ਼ਰਧਾਂਜਲੀ ਦੇਣ ਲਈ। ਅਤੇ ਸਾਰਿਆਂ 'ਚ ਪੰਜਾਬ ਦੇ ਵਿੱਚ BJP ਕਾਰਜਕਰਤਾ ਜਿਹੜੇ ਹਨ ਬੜੇ ਉਤਸ਼ਾਹ ਦੇ ਨਾਲ ਉੱਥੇ ਜਾ ਰਹੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਪਹੁੰਚਣਗੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ, ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਖਾਸ ਕਰਕੇ ਜੋ ਜਿਸਦਾ ਮੈਨੂੰ ਪ੍ਰਧਾਨ ਬਣਾਇਆ ਗਿਆ SC ਮੋਰਚਾ, ਉਸਦੇ ਵੱਲੋਂ ਵੀ ਪੂਰਾ ਜਿਹੜਾ ਯੋਗਦਾਨ ਹੈ ਉਹ ਪਾਇਆ ਜਾਵੇਗਾ। ਸਭ ਤੋਂ ਵੱਧ ਜਿਹੜੀਆਂ ਹਨ ਬੱਸਾਂ ਜਿਹੜੀਆਂ ਹਨ ਉਹ ਉੱਥੇ ਲਿਜਾਈਆਂ ਜਾਣਗੀਆਂ ਔਰ ਕਿਉਂਕਿ ਨਰਿੰਦਰ ਮੋਦੀ ਜੀ ਜੋ ਹਨ ਉਹਨਾਂ ਦੀ ਸ਼ਖਸੀਅਤ ਇੱਦਾਂ ਦੀ ਹੈ ਕਿ ਪੂਰਾ ਹਿੰਦੁਸਤਾਨ ਉਹਨਾਂ ਦਾ ਮਾਣ ਕਰਦਾ ਹੈ, ਸਾਰਿਆਂ ਦੇ ਦਿਲਾਂ ਦੇ ਵਿੱਚ ਉਤਸ਼ਾਹ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਡਰਨ ਲੱਗ ਪਈ ਹੈ। ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਜਦੋਂ ਬੱਦਲ ਗਰਜਣਾ ਸ਼ੁਰੂ ਹੁੰਦਾ ਹੈ ਤਾਂ ਉਹਦੀ ਗਰਜ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਮੀਂਹ ਵਰਸਣਾ ਹੈ, ਤਾਂ ਇਹ ਨੱਠਣ ਲੱਗ ਪਏ ਹਨ। ਮੰਤਰੀ ਮੰਡਲ ਦਾ ਜਿਹੜਾ ਵਿਸਤਾਰ ਹੋਣ ਲੱਗ ਪਿਆ ਹੈ, ਜਿਸ ਤਰ੍ਹਾਂ ਚਿੜੀਆਂ ਜਿਹੜੀਆਂ ਹਨ ਤੜਕਾ ਹੋਣ 'ਤੇ ਚਹਿਚਹਾਉਣ ਲੱਗ ਪੈਂਦੀਆਂ ਹਨ, ਇਸ ਤਰ੍ਹਾਂ ਨਾਲ ਸਵੇਰਾ ਹੋਣੇ ਵਾਲਾ ਹੈ। ਸੂਰਜ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ UPA ਦਾ ਉਹ ਨਿਕਲ ਗਿਆ ਹੈ ਔਰ ਨਿਕਲਣ ਵਾਲਾ ਹੈ ਅਤੇ ਮੋਦੀ ਜੀ ਜਿਸ ਦੇ ਬਾਨੀ ਹਨ ਅਤੇ ਉਹਨਾਂ ਦੇ ਆਉਣ ਦੇ ਨਾਲ ਜਿਹੜਾ ਦੇਸ਼ ਹੈ ਉਹ ਬਹੁਤ ਹੀ ਤਰੱਕੀ ਅਤੇ ਬੁਲੰਦੀਆਂ 'ਤੇ ਜਾਵੇਗਾ ਅਤੇ ਜਿਹੜੇ ਕਾਲੇ ਲੋਕ ਹਨ, ਕਰਪਸ਼ਨਿਸਟ ਹਨ,
ਜਿਨ੍ਹਾਂ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਹੈ ਉਹਨਾਂ ਨੂੰ ਇੱਥੋਂ ਪਜਾ ਕੇ ਰੱਖਣਗੇ ਔਰ ਪਜਾ ਦੇਣਗੇ। ਇਸ ਤਰ੍ਹਾਂ ਦੀ ਸਾਡੀ ਸੋਚ ਹੈ ਅਤੇ ਗਰੀਬ ਜਨਤਾ ਦਾ, ਬੇਕਾਰਾਂ ਦਾ ਅਤੇ ਜਿਹੜੇ ਗਰੀਬ ਹਨ ਉਹਨਾਂ ਦਾ ਭਲਾ ਹੋਵੇਗਾ ਔਰ ਹਿੰਦੁਸਤਾਨ ਬਹੁਤ ਹੀ ਵਧੀਆ ਜਿਹੜਾ ਦੇਸ਼ ਬਣੂਗਾ, ਇਸ ਦੀ ਬਹੁਤ ਵੱਡੀ ਡਿਵੈਲਪਮੈਂਟ ਹੋਵੇਗੀ। 3 ਵਜੇ ਜੋ SC ਮੋਰਚਾ ਪੰਜਾਬ ਹੈ ਉਸਦੇ ਵਿੱਚੋਂ ਵੀ ਸਾਰਿਆਂ ਨੂੰ ਸੁਨੇਹ ਦੇ ਦਿੱਤੇ ਗਏ ਹਨ। ਸਰਕਟ ਹਾਊਸ ਲੁਧਿਆਣੇ ਵਿਖੇ 3 ਵਜੇ ਕੱਲ੍ਹ ਉੱਥੇ ਬੈਠਕ ਹੋਵੇਗੀ ਔਰ ਉਸ ਵਿੱਚ ਤੈਅ ਕੀਤਾ ਜਾਵੇਗਾ ਕਿ ਕਿੰਨੇ ਵੱਧ ਤੋਂ ਵੱਧ ਜਿਹੜੇ ਲੋਕ ਹਨ ਉਹ ਇਸ ਕਾਰਿਆਕ੍ਰਮ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਔਰ ਸਾਰਿਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਆਪਣੇ ਮਹਿਬੂਬ ਨੇਤਾ ਨਰਿੰਦਰ ਮੋਦੀ ਜੀ ਨੂੰ ਦੇਖਣ ਦਾ ਔਰ ਮਿਲਣ ਦਾ ਔਰ ਉਹਨਾਂ ਦੇ ਦਰਸ਼ਨ ਕਰਨ ਦਾ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਪਹਿਲੀ ਜੁੜੀ ਹੈ। ਇਸ ਦੇ ਨਾਲ ਇਹ ਧੰਨਵਾਦ। ਜੈ ਹਿੰਦ, ਜੈ ਭਾਰਤ। ਦੇਖੋ ਜੀ ਆ ਜਾਓ।